ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਬੱਚਿਓ ਅੱਜ ਅਸੀਂ ਜਮਾਤ ਦੂਜੀ ਵਿਸ਼ਾ ਗਣਿਤ ਦੇ ਵਿੱਚ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵਰਤੇ ਜਾਣ ਵਾਲੇ ਨੋਟਾਂ ਅਤੇ ਸਿੱਕਿਆਂ ਦੀ ਵਰਤੋਂ ਬਾਰੇ ਸਿੱਖਾਂਗੇ। ਪਿਆਰੇ ਬੱਚਿਓ ਤੁਸੀਂ ਸਿੱਕਿਆਂ ਅਤੇ ਨੋਟਾਂ ਦੀ ਪਹਿਚਾਣ ਕਰਨੀ ਸਿੱਖ ਲਈ ਹੈ। ਬੱਚਿਓ ਕੀ ਤੁਹਾਨੂੰ ਪਤਾ ਹੈ ਰੁਪਏ ਲਈ ਕਿਹੜਾ ਚਿੰਨ੍ਹ ਵਰਤਿਆ ਜਾਂਦਾ ਹੈ? ਬੱਚਿਓ ਰੁਪਏ ਲਈ ਚਿੰਨ੍ਹ ਰੁਪੀ ਵਰਤਿਆ ਜਾਂਦਾ ਹੈ ਜਾਂ ਲਿਖਿਆ ਜਾਂਦਾ ਹੈ? ਪਿਆਰੇ ਬੱਚਿਓ ਅੱਜ ਅਮਨ, ਖੁਸ਼ਪ੍ਰੀਤ ਤੇ ਹਰਜੋਤ ਬਾਜ਼ਾਰ ਗਏ। ਦੇਖਦੇ ਹਾਂ ਬੱਚਿਓ ਬਾਜ਼ਾਰ ਵਿੱਚੋਂ ਉਹਨਾਂ ਨੇ ਕੀ ਖਰੀਦਿਆ। ਪਿਆਰੇ ਬੱਚਿਓ ਅਮਨ ਨੇ ਕਾਪੀ ਖਰੀਦਣ ਲਈ ਦੁਕਾਨਦਾਰ ਨੂੰ ਕਿੰਨੇ ਰੁਪਏ ਦਿੱਤੇ? 10 10। ਹਾਂਜੀ ਬੱਚਿਓ ਕਿੰਨੇ ਰੁਪਏ ਦਿੱਤੇ? 10 ਤੇ 10 20 ਰੁਪਏ ਦਿੱਤੇ। ਬੱਚਿਓ ਆਓ ਦੇਖਦੇ ਹਾਂ ਖੁਸ਼ਪ੍ਰੀਤ ਨੇ ਪੈਨ ਖਰੀਦਣ ਲਈ ਦੁਕਾਨਦਾਰ ਨੂੰ ਕਿੰਨੇ ਰੁਪਏ ਦਿੱਤੇ? ਬੱਚਿਓ ਖੁਸ਼ਪ੍ਰੀਤ ਕੋਲ ਕੁਛ ਸਿੱਕੇ ਸਨ, ਇਸ ਲਈ ਉਸਨੇ ਪਹਿਲਾਂ 10 ਰੁਪਏ ਦਾ ਸਿੱਕਾ ਅਤੇ 5 ਰੁਪਏ ਦਾ ਸਿੱਕਾ ਦੁਕਾਨਦਾਰ ਨੂੰ ਦਿੱਤਾ। ਆਓ ਦੇਖਦੇ ਹਾਂ ਖੁਸ਼ਪ੍ਰੀਤ ਨੇ ਕਿੰਨੇ ਰੁਪਏ ਦਿੱਤੇ? 10 5 15। ਬੱਚਿਓ ਖੁਸ਼ਪ੍ਰੀਤ ਨੇ ਦੁਕਾਨਦਾਰ ਨੂੰ 15 ਰੁਪਏ ਦਿੱਤੇ। ਪਿਆਰੇ ਬੱਚਿਓ ਹਰਜੋਤ ਨੇ ਕਿਤਾਬ ਖਰੀਦਣ ਲਈ ਦੁਕਾਨਦਾਰ ਨੂੰ ਕਿੰਨੇ ਰੁਪਏ ਦਿੱਤੇ? 20 10 30 5 35। ਪਿਆਰੇ ਬੱਚਿਓ ਹਰਜੋਤ ਨੇ ਕਿਤਾਬ ਖਰੀਦਣ ਲਈ ਦੁਕਾਨਦਾਰ ਨੂੰ 35 ਰੁਪਏ ਦਿੱਤੇ। ਬੱਚਿਓ ਆਓ ਹੁਣ ਇਹਨਾਂ ਖਾਲੀ ਥਾਵਾਂ ਨੂੰ ਭਰਦੇ ਹਾਂ। ਅਮਨ ਨੇ ਕਾਪੀ ਦੇ ਰੁਪਏ - ਦੁਕਾਨਦਾਰ ਨੂੰ ਦਿੱਤੇ। ਹਾਂਜੀ ਬੱਚਿਓ ਅਮਨ ਨੇ ਕਿੰਨੇ ਰੁਪਏ ਦਿੱਤੇ ਸੀ ਦੁਕਾਨਦਾਰ ਨੂੰ? ਹਾਂਜੀ ਅਮਨ ਨੇ 20 ਰੁਪਏ। ਅਮਨ ਨੇ ਕਿੰਨੇ ਰੁਪਏ ਦਿੱਤੇ ਦੁਕਾਨਦਾਰ ਨੂੰ? ਅਮਨ ਨੇ ਕਾਪੀ ਦੇ 20 ਰੁਪਏ ਦੁਕਾਨਦਾਰ ਨੂੰ ਦਿੱਤੇ। ਬੱਚਿਓ ਅਗਲੀ ਖਾਲੀ ਥਾਂ ਹੈ ਖੁਸ਼ਪ੍ਰੀਤ ਨੇ ਪੈਨ ਦੇ ਰੁਪਏ - ਦੁਕਾਨਦਾਰ ਨੂੰ ਦਿੱਤੇ। ਬੱਚਿਓ ਖੁਸ਼ਪ੍ਰੀਤ ਨੇ ਪੈਨ ਦੇ ਕਿੰਨੇ ਰੁਪਏ ਦਿੱਤੇ ਸੀ ਦੁਕਾਨਦਾਰ ਨੂੰ? 15 ਰੁਪਏ। ਖੁਸ਼ਪ੍ਰੀਤ ਨੇ ਪੈਨ ਦੇ 15 ਰੁਪਏ ਦੁਕਾਨਦਾਰ ਨੂੰ ਦਿੱਤੇ। ਆਓ ਬੱਚਿਓ ਹੁਣ ਅਗਲੀ ਖਾਲੀ ਥਾਂ ਭਰਦੇ ਹਾਂ। ਹਰਜੋਤ ਨੇ ਕਿਤਾਬ ਦੇ - ਰੁਪਏ ਦੁਕਾਨਦਾਰ ਨੂੰ ਦਿੱਤੇ। ਬੱਚਿਓ ਕਿੰਨੇ ਰੁਪਏ ਦਿੱਤੇ ਸੀ ਹਰਜੋਤ ਨੇ? 35 ਰੁਪਏ। ਹਰਜੋਤ ਨੇ ਕਿਤਾਬ ਦੇ 35 ਰੁਪਏ ਦੁਕਾਨਦਾਰ ਨੂੰ ਦਿੱਤੇ। ਬੱਚਿਓ ਤੁਸੀਂ ਧਨ ਬਾਰੇ ਸਮਝਿਆ। ਆਓ ਹੁਣ ਦਿੱਤੇ ਅਨੁਸਾਰ 5 ਰੁਪਏ ਦੇ 4 ਸਿੱਕੇ ਬਣਾਉਂਦੇ ਹਾਂ। 1 2 3 4 ਜੋ 5 ਰੁਪਏ ਦੇ 4 ਸਿੱਕੇ ਬਣਾਉਣੇ ਹਨ, ਵਿੱਚ ਲਿਖਾਂਗੇ 5 ਉੱਪਰ ਰੁਪੀ 5। ਦੇਖੋ ਬੱਚਿਓ ਆਪਾਂ 5 ਰੁਪਏ ਦੇ 4 ਸਿੱਕੇ ਬਣਾਏ। ਪਿਆਰੇ ਬੱਚਿਓ ਹੁਣ ਵਾਰੀ ਹੈ ਘਰ ਦੇ ਕੰਮ ਦੀ। ਬੱਚਿਓ ਤੁਸੀਂ ਆਪਣੀਆਂ ਕਿਤਾਬਾਂ ਦੇ ਇਹਨਾਂ ਸਵਾਲਾਂ ਨੂੰ ਹੱਲ ਕਰਨਾ ਹੈ। ਬੱਚਿਓ ਤੁਸੀਂ 5 ਦੇ ਅਤੇ 10 ਦੇ ਸਿੱਕੇ ਬਣਾਉਣੇ ਹਨ। ਧੰਨਵਾਦ ਪਿਆਰੇ ਬੱਚਿਓ।